रावण दहन तो बाद बीते दिन आपस दे विच दो गुटां दी भयानक झड़प हुई है, जिस दे विच तेज धार हथियारां दे नाल नौजवान नूं इन्हां दे वल्लों लहू लहान कर दिता गया। तां मौके ते जम के इट्टां रोड़े भी चलदे ने। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਨੌਜਵਾਨ ਕੈਦ ਹੋਇਆ ਹੈ, ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਰਾਮ ਦਰਬਾਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇੱਕ ਪਾਸੇ ਦੁਸ਼ਹਿਰੇ ਦਾ ਮੇਲਾ ਚੱਲ ਰਿਹਾ ਸੀ ਤਾਂ ਉਸੇ ਤੋਂ ਬਾਅਦ ਤੁਰੰਤ ਦੋਨਾਂ ਧਿਰਾਂ ਦੇ ਵਿੱਚ ਆਪਸ ਦੇ ਵਿੱਚ ਝੜਪ ਹੋਈ ਹੈ। ਤਾਂ ਝੜਪ ਦੇ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਜਾਂਦਾ ਹੈ, ਜਿਸ ਨੂੰ ਕਿ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚਦੀ ਹੈ, ਜਿਨ੍ਹਾਂ ਦੇ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸੀਏ ਕਿ ਦੁਸ਼ਹਿਰੇ ਵਾਲੇ ਦਿਨੇ ਵੱਡੀ ਵਾਰਦਾਤ ਹੋਈ ਹੈ, ਜਿੱਥੇ ਦੋ ਧਿਰ ਆਪਸ ਦੇ ਵਿੱਚ ਭਿੜ ਜਾਂਦੇ ਨੇ ਅਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਇਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਅਤੇ ਇੱਟਾਂ ਰੋੜੇ ਵੀ ਇੱਕ ਦੂਸਰੇ 'ਤੇ ਬਰਸਾਏ ਜਾਂਦੇ ਨੇ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਪੂਰੀ ਵਾਰਦਾਤ ਕੈਦ ਹੋਈ ਹੈ। ਰਾਵਣ ਦਹਿਨ ਤੋਂ ਬਾਅਦ ਬੀਤੇ ਦਿਨੀ ਆਪਸ ਦੇ ਵਿੱਚ ਦੋ ਗੁੱਟਾਂ ਦੀ ਭਿਆਨਕ ਝੜਪ ਹੋਈ ਹੈ, ਜਿਸ ਦੇ ਵਿੱਚ ਤੇਜ਼ ਧਾਰ ਹਥਿਆਰਾਂ ਦੇ ਨਾਲ ਨੌਜਵਾਨ ਨੂੰ ਇਹਨਾਂ ਦੇ ਵੱਲੋਂ ਲਹੂ ਲਹਾਨ ਕਰ ਦਿੱਤਾ ਗਿਆ। ਤਾਂ ਮੌਕੇ 'ਤੇ ਜੰਮ ਕੇ ਇੱਟਾਂ ਰੋੜੇ ਵੀ ਚੱਲਦੇ ਨੇ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਨੌਜਵਾਨ ਕੈਦ ਹੋਇਆ ਹੈ, ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਰਾਮ ਦਰਬਾਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇੱਕ ਪਾਸੇ ਦੁਸ਼ਹਿਰੇ ਦਾ ਮੇਲਾ ਚੱਲ ਰਿਹਾ ਸੀ ਤਾਂ ਉਸੇ ਤੋਂ ਬਾਅਦ ਤੁਰੰਤ ਦੋਨਾਂ ਧਿਰਾਂ ਦੇ ਵਿੱਚ ਆਪਸ ਦੇ ਵਿੱਚ ਝੜਪ ਹੋਈ ਹੈ। ਤਾਂ ਝੜਪ ਦੇ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਜਾਂਦਾ ਹੈ, ਜਿਸ ਨੂੰ ਕਿ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚਦੀ ਹੈ, ਜਿਨ੍ਹਾਂ ਦੇ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸੀਏ ਕਿ ਦੁਸ਼ਹਿਰੇ ਵਾਲੇ ਦਿਨੇ ਵੱਡੀ ਵਾਰਦਾਤ ਹੋਈ ਹੈ, ਜਿੱਥੇ ਦੋ ਧਿਰ ਆਪਸ ਦੇ ਵਿੱਚ ਭਿੜ ਜਾਂਦੇ ਨੇ ਅਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਇਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਅਤੇ ਇੱਟਾਂ ਰੋੜੇ ਵੀ ਇੱਕ ਦੂਸਰੇ 'ਤੇ ਬਰਸਾਏ ਜਾਂਦੇ ਨੇ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਪੂਰੀ ਵਾਰਦਾਤ ਕੈਦ ਹੋਈ ਹੈ। ਰਾਵਣ ਦਹਿਨ ਤੋਂ ਬਾਅਦ ਬੀਤੇ ਦਿਨੀ ਆਪਸ ਦੇ ਵਿੱਚ ਦੋ ਗੁੱਟਾਂ ਦੀ ਭਿਆਨਕ ਝੜਪ ਹੋਈ ਹੈ, ਜਿਸ ਦੇ ਵਿੱਚ ਤੇਜ਼ ਧਾਰ ਹਥਿਆਰਾਂ ਦੇ ਨਾਲ ਨੌਜਵਾਨ ਨੂੰ ਇਹਨਾਂ ਦੇ ਵੱਲੋਂ ਲਹੂ ਲਹਾਨ ਕਰ ਦਿੱਤਾ ਗਿਆ। ਤਾਂ ਮੌਕੇ 'ਤੇ ਜੰਮ ਕੇ ਇੱਟਾਂ ਰੋੜੇ ਵੀ ਚੱਲਦੇ ਨੇ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਨੌਜਵਾਨ ਕੈਦ ਹੋਇਆ ਹੈ, ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਰਾਮ ਦਰਬਾਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇੱਕ ਪਾਸੇ ਦੁਸ਼ਹਿਰੇ ਦਾ ਮੇਲਾ ਚੱਲ ਰਿਹਾ ਸੀ ਤਾਂ ਉਸੇ ਤੋਂ ਬਾਅਦ ਤੁਰੰਤ ਦੋਨਾਂ ਧਿਰਾਂ ਦੇ ਵਿੱਚ ਆਪਸ ਦੇ ਵਿੱਚ ਝੜਪ ਹੋਈ ਹੈ। ਤਾਂ ਝੜਪ ਦੇ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਜਾਂਦਾ ਹੈ, ਜਿਸ ਨੂੰ ਕਿ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚਦੀ ਹੈ, ਜਿਨ੍ਹਾਂ ਦੇ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸੀਏ ਕਿ ਦੁਸ਼ਹਿਰੇ ਵਾਲੇ ਦਿਨੇ ਵੱਡੀ ਵਾਰਦਾਤ ਹੋਈ ਹੈ, ਜਿੱਥੇ ਦੋ ਧਿਰ ਆਪਸ ਦੇ ਵਿੱਚ ਭਿੜ ਜਾਂਦੇ ਨੇ ਅਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਇਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਅਤੇ ਇੱਟਾਂ ਰੋੜੇ ਵੀ ਇੱਕ ਦੂਸਰੇ 'ਤੇ ਬਰਸਾਏ ਜਾਂਦੇ ਨੇ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਪੂਰੀ ਵਾਰਦਾਤ ਕੈਦ ਹੋਈ ਹੈ।